ਪੰਜਾਬ ਸਰਕਾਰ ਵੱਲੋਂ ਬੱਸਾਂ ਚਲਾਉਣ ਨੂੰ ਲੈ ਕੇ ਫਿਰੋਜ਼ਪੁਰ ਡਿਪੂ ਵੱਲੋਂ ਅੱਜ ਮੋਗਾ ਤੇ ਅੰਮ੍ਰਿਤਸਰ ਲਈ 2 ਬੱਸਾਂ ਰਵਾਨਾ ਕੀਤੀਆਂ ਗਈਆਂ। ਜਾਣਕਾਰੀ ਦਿੰਦੇ ਅੱਡਾ ਇੰਚਾਰਜ ਨਿਰਦੋਸ਼ ਕੁਮਾਰ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪਹਿਲਾਂ ਬੱਸਾਂ ਨੂੰ ਸੈਨੇਟਾਈਜ਼ ਕੀਤਾ ਗਿਆ ਤੇ ਬੱਸ ਕੰਡਕਟਰ ਲਈ ਵੱਖਰਾ ਕੈਬਿਨ ਬਣਾਇਆ ਗਿਆ। ਫਿਰੋਜ਼ਪੁਰ ਤੋਂ ਮੋਗਾ ਜਾਣ ਵਾਲੀ ਬੱਸ ਵਿੱਚ 17 ਤੇ ਅੰਮ੍ਰਿਤਸਰ ਲਈ ਜਾਣ ਵਾਲੀ ਬੱਸ ਵਿੱਚ 5 ਸਵਾਰੀਆਂ ਬਿਠਾ ਕੇ ਜਿਨ੍ਹਾਂ ਨੂੰ ਟਿਕਟਾਂ ਬੱਸ ਵਿੱਚ ਚੜ੍ਹਨ ਤੋਂ ਪਹਿਲਾਂ ਬੱਸ ਅੱਡੇ ਹੀ ਦਿੱਤੀਆਂ ਗਈਆਂ ਹਨ। ਬੱਸਾਂ ਨੂੰ ਰਸਤੇ ਵਿੱਚ ਰੁਕਣ ਦੀ ਕੋਈ ਆਗਿਆ ਨਹੀਂ। ਜਿਸ ਸਟੇਸ਼ਨ ਲਈ ਬੱਸ ਚਲਾਈ ਗਈ ਹੈ ਬੱਸ ਸਿੱਧਾ ਉੱਥੇ ਹੀ ਰੁਕੇਗੀ। ਉਹ ਸਰਕਾਰ ਦੀਆਂ ਹਦਾਇਤਾਂ ਨੇ ਬੱਸ ਡਰਾਈਵਰ ਤੇ ਕੰਡਕਟਰ ਲਈ ਉਹਦੇ ਲਈ ਵੱਖਰਾ ਕੀ ਕੀਤਾ ਗਿਆ? ਦੇਖੋ ਜੀ, ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜੋ ਸਰਕਾਰ ਨੇ ਹਦਾਇਤ ਦਿੱਤੀ ਹੈ, ਡਰਾਈਵਰ ਕੰਡਕਟਰ ਵਾਸਤੇ ਵੱਖਰਾ ਕੈਬਨ ਤਿਆਰ ਕੀਤਾ ਜਾਵੇ ਜੀ। ਜਿਸ ਤਰ੍ਹਾਂ ਜੀ ਹੁਣ ਰੋਡਵੇਜ਼ ਦੀਆਂ ਬੱਸਾਂ ਵਿੱਚ ਆਹ ਕੈਬਨ ਤਿਆਰ ਕੀਤਾ ਗਿਆ ਜੀ, ਵੇਖੋ ਤੁਸੀਂ, ਦੇਖ ਰਹੇ ਜੀ, ਤੁਹਾਡੇ ਅੱਖਾਂ ਦੇ ਸਾਹਮਣੇ ਹੈ ਜੀ। ਇਹ ਤਰਪਾਲ ਟਾਈਪ ਹੀ ਲਾਤਾ ਹੈ? ਹਾਂਜੀ, ਤਰਪਾਲ ਬਣਾਈ ਹੈ ਜੀ। ਇਹ ਜਦੋਂ ਬੱਸ ਚੱਲਦੀ ਹੈ ਜੀ ਆਪਣੇ ਆਪ ਹੀ ਉੱਡ ਜਾਂਦੀ ਹੈ ਜੀ। ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਜੀ, ਸਾਡੇ ਜੇ ਡਰਾਈਵਰ ਕੰਡਕਟਰ ਦੀ ਸੇਫਟੀ ਕਰਨੀ ਹੈ ਤਾਂ ਇਹਨੂੰ ਕੈਬਨ ਸਹੀ ਤਰ੍ਹਾਂ ਬਣਾਉਣ, ਨਹੀਂ ਤਾਂ ਇਹਨੂੰ ਮਿਲਾ ਦੇਣ ਜੀ। ਕੀ ਨਾਮ ਕੀ ਹੈ ਜੀ ਆਪਣਾ? ਮੇਰਾ ਨਾਮ ਜੀ ਕੁਲਦੀਪ ਸਿੰਘ ਜੀ। ਤੁਸੀਂ ਕੀ ਹੋ ਇੱਥੇ? ਮੈਂ ਜੀ ਇਸ ਬੱਸ ਵਿੱਚ ਕੰਡਕਟਰ ਹਾਂ ਜੀ। ਇਹ ਕਿਹੜੇ ਰੂਟ ਤੇ ਚੱਲ ਰਹੀ ਹੈ ਬੱਸ? ਇਹ ਜੀ ਫਾਜ਼ਿਲਕਾ ਜੀ, ਫਿਰੋਜ਼ਪੁਰ ਤੋਂ ਲੈ ਕੇ ਫਾਜ਼ਿਲਕਾ ਰੂਟ ਤੇ ਜਾ ਰਹੀ ਹੈ ਜੀ ਬੱਸ। ਤੇ ਜੋ ਸਰਕਾਰ ਦੀਆਂ ਕੀ ਹਦਾਇਤਾਂ ਦਿੱਤੀਆਂ ਗਈਆਂ ਤੁਹਾਨੂੰ ਜੀ? ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜੀ, ਜੋ ਸਾਡੀ ਰੋਡਵੇ ਦੀ ਬੱਸ 'ਚ 52 ਸੀਟਡ ਬੱਸ ਹੁੰਦੀ ਹੈ ਜੀ, ਜਿਹਦੇ 'ਚ ਇੱਕ ਸਾਈਡ 'ਤੇ 3 ਸੀਟਾਂ ਦੀ ਸੀਟ ਲੱਗੀ ਹੁੰਦੀ, ਦੂਸਰੀ ਸਾਈਡ 'ਤੇ 2 ਸੀਟਾਂ ਵਾਲੀ। ਜਿਹੜੀ 2 ਸੀਟਾਂ ਵਾਲੀ ਸੀਟ 'ਤੇ ਉਹਦੇ 1 ਸਵਾਰੀ ਬਿਠਾਉਣੀ ਹੈ, ਅਤੇ ਜਿਹੜੀ 3 ਸੀਟਾਂ ਵਾਲੀ ਸੀਟ ਹੈ ਉਹਦੇ 'ਤੇ 2 ਸਵਾਰੀਆਂ ਬਿਠਾਉਣੀਆਂ, ਵਿਚਕਾਰ ਵਾਲੀ ਸੀਟ ਖਾਲੀ ਰੱਖੀ ਜਾਵੇਗੀ ਜੀ। ਅਤੇ ਇਹਦਾ ਟਿਕਟ ਜਿਹੜੀਆਂ ਟਿਕਟ ਦਾ ਕੀ ਸਿਸਟਮ ਹੈਗਾ? ਟਿਕਟ ਹੈ ਜੀ ਜਿਹੜੀ ਐਡਵਾਂਸ ਬੁਕਿੰਗ ਹੋਊਗੀ ਜੀ, ਉਹ ਬੱਸ ਅੱਡੇ 'ਤੇ ਹੀ ਹੋਏਗੀ, ਬੱਸ ਸਟੈਂਡ ਤੋਂ ਹੋਊਗੀ ਜੀ ਐਡਵਾਂਸ। ਅਤੇ ਜਦੋਂ ਇਹ ਬੱਸ ਜਿੱਦਾਂ ਕਿ ਹੁਣ ਫਿਰੋਜ਼ਪੁਰ ਤੋਂ ਚੱਲ ਕੇ ਸਿੱਧਾ ਇਹ ਫਿਰੋਜ਼ਪੁਰ ਤੋਂ ਫਾਜ਼ਿਲਕਾ ਜਾ ਕੇ ਰੁਕੇਗੀ ਜੀ। ਰਸਤੇ 'ਚ ਕੋਈ ਸਟੋਪ ਨਹੀਂ ਹੈ? ਕੋਈ ਸਟੋਪ ਨਹੀਂ ਹੋਊਗਾ ਜੀ ਇਹਦਾ, ਕੋਈ ਸਵਾਰੀ ਨਹੀਂ ਬਿਠਾਉਣੀ, ਕੋਈ ਸਵਾਰੀ ਬਿਠਾਉਣੀ ਨਹੀਂ ਜੀ, ਕੋਈ ਉਤਾਰਨੀ ਨਹੀਂ ਜੀ। ਇਹ ਸਰਕਾਰ ਦੀਆਂ ਹਦਾਇਤਾਂ ਹੋਈਆਂ ਨੇ। ਇੱਥੋਂ ਹੁਣ ਫਿਰੋਜ਼ਪੁਰ ਤੋਂ ਇੱਕ ਮੋਗੇ ਨੂੰ ਬੱਸ ਗਈ ਹੈ, ਉਹਦੇ ਵਿੱਚ ਵੀ ਇੱਥੋਂ ਸਿੱਧਾ ਮੋਗੇ ਦੀਆਂ ਟਿਕਟਾਂ ਕੱਟੀਆਂ ਗਈਆਂ ਨੇ ਜੀ। ਰਸਤੇ 'ਚ ਨਾ ਕੋਈ ਸਵਾਰੀ ਉਤਾਰਨੀ, ਨਾ ਚੜਾਉਣੀ, ਨਾ ਲਾਉਣੀ ਜੀ, ਜਿੱਦਾਂ ਮੋਗੇ ਜਾ ਕੇ ਉਤਾਰਨੀ। ਇਹ ਜਿਹੜੀਆਂ ਬੱਸਾਂ ਚਲਾਈਆਂ ਗਈਆਂ ਡੇਲੀ ਦਾ ਹੀ ਹੈ ਟਾਈਮ ਇਹਦਾ? ਨਹੀਂ ਜੀ, ਇਹਦੇ 'ਚ ਇੱਕ ਵਾਰੀ ਤਾਂ ਕੋਈ ਟਾਈਮ ਨਹੀਂ ਹੈਗਾ, ਜਿੱਦਾਂ ਜਿੱਦਾਂ ਲੋਕਾਂ ਨੂੰ ਪਤਾ ਲੱਗੇਗਾ ਫਿਰ ਟਾਈਮ ਫਿਕਸ ਹੋਣਗੇ ਜੀ। ਹਜੇ ਤਾਂ ਜੀ 20 ਸਵਾਰੀਆਂ 25 ਸਵਾਰੀਆਂ ਦੀ ਹਦਾਇਤ ਦਿੱਤੀ ਗਈ ਸਰਕਾਰ ਵੱਲੋਂ, ਉਹ ਬਿਠਾਈਆਂ ਜਾਣਗੀਆਂ। ਉਸ ਤੋਂ ਬਾਅਦ ਜਿੱਦਾਂ ਜਿੱਦਾਂ ਸਵਾਰੀਆਂ ਨੂੰ ਲੋਕਾਂ ਨੂੰ ਪਤਾ ਲੱਗੇਗਾ ਵੀ ਬੱਸਾਂ ਚੱਲ ਪਈਆਂ ਨੇ, ਫਿਰ ਟਾਈਮਿੰਗ ਦਿੱਤੀ ਜਾਵੇਗੀ ਬੱਸਾਂ ਨੂੰ। ਹਾਂਜੀ ਸਰ, ਨਾਮ ਕੀ ਹੈ ਜੀ ਆਪਣਾ? ਨਿਰਦੋਸ਼ ਕੁਮਾਰ ਜੀ। ਜਿਹੜੀਆਂ ਅੱਜ ਸਰਕਾਰੀ ਬੱਸਾਂ ਕਿਹੜੀਆਂ ਕਿਹੜੇ ਰੂਟ 'ਤੇ ਚਲਾਈਆਂ ਗਈਆਂ ਫਿਰੋਜ਼ਪੁਰ ਡਿਪੂ ਵੱਲ? ਸਰ ਇੱਕ ਫਿਰੋਜ਼ਪੁਰ ਟੂ ਮੋਗਾ, ਔਰ ਦੂਸਰੀ ਬੱਸ ਜੇ ਚੱਲੀ ਹੈ ਉਹ ਫਿਰੋਜ਼ਪੁਰ ਅੰਮ੍ਰਿਤਸਰ। ਕਿੰਨੀਆਂ ਸਵਾਰੀਆਂ ਬੈਠ ਕੇ ਗਈਆਂ ਉਹਦੇ 'ਚ? ਸਰ ਇੱਕ ਜਿਹੜੀ ਆਪਾਂ ਮੋਗੇ ਭੇਜੀ ਉਹਦੇ ਤਾਂ 17 ਸਵਾਰੀਆਂ ਸੀ ਜੀ, ਅਤੇ ਜਿਹੜੀ ਅੰਮ੍ਰਿਤਸਰ ਭੇਜੀ ਉਹਦੇ 5 ਸਵਾਰੀਆਂ ਸੀ। ਅਤੇ ਇਹਦੀ ਜਿਹੜਾ ਟਿਕਟ ਦਾ ਸਿਸਟਮ ਹੈ ਉਹ ਕਿੱਦਾਂ ਦਾ ਹੈਗਾ ਜੀ? ਸਰ ਟਿਕਟ ਦਾ ਉੱਥੋਂ ਜਿਹੜੇ ਅੱਡਾ ਕਨੈਕਟਰ ਲਗਾਏ ਗਏ ਨੇ ਉਹਨਾਂ ਨੇ ਕੱਟੀ ਹੈ ਜੀ। ਅਤੇ ਬੱਸ ਦਾ ਸਟੋਪਸ ਕਿੱਥੇ ਕਿੱਥੇ ਹੈ ਜੀ? ਬੱਸ ਦਾ ਸਟੋਪਸ ਕਿਤੇ ਵੀ ਹੈ, ਰਸਤੇ 'ਚ ਨਹੀਂ ਹੈਗਾ ਜੀ। ਇੱਥੋਂ ਜਿਹੜੀ ਮੋਗੇ ਜਾਏਗੀ ਉਹ ਮੋਗੇ ਰੁਕੇਗੀ, ਜਿਹੜੀ ਅੰਮ੍ਰਿਤਸਰ ਜਾਏਗੀ ਉਹ ਅੰਮ੍ਰਿਤਸਰ ਹੀ। ਮਤਲਬ ਉਹਨਾਂ ਨੂੰ ਟਿਕਟਾਂ ਜਿਹੜੀਆਂ ਉਹ ਬੱਸ ਅੱਡੇ ਹੀ? ਹਾਂਜੀ, ਇੱਥੋਂ ਮੁਹੱਈਆ ਕਰੀਆਂ ਗਈਆਂ ਜੀ ਫਿਰੋਜ਼ਪੁਰ ਤੋਂ ਜੀ। ਉਹਦੇ ਵਿੱਚ ਬੱਸ ਦੇ ਵਿੱਚ ਕੈਬਨ ਵਗੈਰਾ ਬਣਾ ਦਿੱਤਾ ਗਿਆ, ਜਿਹੜਾ ਕਿ ਕੋਈ ਵੀ ਸਵਾਰੀ ਡਰਾਈਵਰ ਕੰਡਕਟਰ ਨੂੰ ਨਾਲ ਮਿਲ ਨਾ ਸਕੇ, ਮਦਦ ਕਰ ਸਕੇ ਰਸਤੇ ਵਿੱਚ ਪਿੱਛੇ ਬੈਠ। ਕਿੰਨੇ ਸੀਟਡ ਬੱਸ ਹੈ ਅਤੇ ਕਿੰਨੇ 52 ਸੀਟਡ ਬੱਸ ਹੈ ਜੀ। ਤੁਹਾਨੂੰ ਮੈਂ ਅੱਗੇ ਦੱਸਿਆ ਵੀ 17 ਜਿਹੜੀਆਂ ਸਵਾਰੀਆਂ ਸੀ ਅੰਮ੍ਰਿਤਸਰ ਦੀਆਂ, ਉਹ ਮੋਗਾ ਗਈਆਂ, ਅਤੇ 5 ਅੰਮ੍ਰਿਤਸਰ ਦੀਆਂ। ਕਿਹੜੇ ਕਿਹੜੇ ਰੂਟ ਚੱਲੇ ਵੈਸੇ ਆਪਣੇ ਫਿਰੋਜ਼ਪੁਰ? ਸਰ ਆਪਾਂ ਨੂੰ ਜਿਹੜਾ ਸਰਕਾਰ ਵੱਲੋਂ ਹਦਾਇਤਾਂ ਹੋਈਆਂ ਉਹ ਜਿਹੜੇ ਫਿਰੋਜ਼ਪੁਰ ਟੂ ਮੋਗਾ, ਫਿਰੋਜ਼ਪੁਰ ਟੂ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਟੂ ਅਬੋਹਰ। ਇਹ ਡੇਲੀ ਸਰਵਿਸ ਹੈ? ਹਾਂਜੀ, ਡੇਲੀ ਚੱਲੇਗੀ। ਟਾਈਮਿੰਗ ਇਹਦੀ ਕੋਈ ਫਿਕਸ ਹੈਗੀ? ਸਰ ਟਾਈਮਿੰਗ ਜਿਸ ਤਰ੍ਹਾਂ ਪਹਿਲਾਂ ਸਰਕਾਰ ਨੇ ਟਾਈਮਿੰਗ ਦਿੱਤੀ ਹੋਈ ਸਾਨੂੰ, ਉਸੇ ਟਾਈਮ ਦੇ ਹਿਸਾਬ ਨਾਲ ਚੱਲੇਗੀ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਬਸਕ੍ਰਾਈਬ ਕਰਨ ਵੇਲੇ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲੋ, ਤਾਂ ਕਿ ਤੁਹਾਨੂੰ ਹਰ ਖਬਰ ਮਿਲ ਸਕੇ ਸਭ ਤੋਂ ਪਹਿਲਾਂ।